हाँ जी सत श्री अकाल जी, स्वागत है थोड़ा नवी वीडियो। तो हुण करके हटे स्प्रे मक्की ते, ते मैं करिए जी इट्राजन 50% मैं मक्की ते नहीं करी, मतलब जिहड़ी साइड ते आप बराची सूर को चरी लाई हुई सी उहदे ते करके हटे। तो मक्की ते आपां बाद चो लावांगे जदों 20-25 दिनां दी होगी और इट्राजन ते लॉरिस। तो आ लाई है जी स्परे UPL दी, इहदा पुट्ठा लिख दो इक मिनट, UPL दी न्यूज़ नीचे साल्ट पता नहीं किसे लिखा होना, इट्राजन उत्ते मेरा उत्ते लिखा हुआ सी वो मुत्तों जे पाड़ता। ठीक है, ये नाल ही दे गए सी वो, तो उही करती फिर आपां आ सीगी इट्राजन टेक्निकल बेस्ड ऑन 80% बार्ड पॉइंट पे ज़्यादा कुछ। तो वाह हूँ जी घंटा लगूगा तो कणक उधर नू चलते हैं, तो देखते हैं किन्नी क सुकी कणक कंडे हिसाब न किन्ना क फूस फस निकले। चलो जी मंडी चलते हैं, मंडी जाके मिलते हैं। चलो ऑस्टिन बाय, बाहर निकल निकल, चलते चलो दे बिस्तरे छड़ा है ऑस्टनी, चल 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 बैठो रे, आजा आजा उत्ते इधर, हाँ बैठा ना बैठना जी, चंगा फिर ये भी हूँ गर्मी मानता जी, इतने पानी च बह गया सी उरे, इन्हू भी आंदा कि ठंडा था मिल जाए। चलो जी इन पानी पूनी धरते हैं फिर मंडी जाने, मंडी मतलब सैलर पी अपनी का सैलर चलते हैं। ओके जी पैबलो जी लाता जी पखा मुंडे आ भाई जी, बहुत सेवा करते हैं पैबलो की, ले 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 आई नहीं मखिया जा बह गया चक्की ली कि कंध नहीं टंगे ना कंध पे चाकी ले चलते इतने कितने लावांगे, हाँ उत्थे चला के थोड़ा टेढ़ा मोड़ के चला देंगे, अभी तार बद ले ਪਰਾਂ ਕੱਟ ਵਾਲਾ ਲੈ ਲਓ ਵੀ ਆਹੀ ਬਾਜੂ ਆ ਦੇ ਕੀ ਆਹੀ ਉੱਤੋਂ ਐ ਮੋੜਦਾ ਕਾਰ ਉਹ ਕਿੰਨੀ ਬਾਜੂ ਆ ਉੱਥੇ ਉੱਥੇ ਥੋੜੀ ਜੀ ਵਧਾ ਲਾਂਗੇ ਫਿਰ ਇਨਵੈਟਰ ਦੇ ਯਾਰ ਸਾਲਾ ਉਹ ਗੇਟ ਵੀ ਬੰਦ ਕਰਨਾ ਪਿਆ ਕਰੂ ਗੇਟ ਸਾਨੂੰ ਲੱਗ ਰੱਖ ਕਰਾਂਗੇ ਗੇਟ ਤੇ ਮਾੜੀ ਮੋਟੀ ਉਹ ਕਰ ਲਾਂਗੇ ਨਾ ਜਾਲੀ ਵਾਲਾ ਤਾਂ ਹੈਗਾ ਯਾਰ ਹਾਂ ਮਾੜੀ ਮੋਟੀ ਉਹ ਖੁੰਝੇ ਚ ਨਿਕਲ ਜੂਗੀ ਜਮਾ ਮਾੜੀ ਪਤਲੀ ਜੀ ਦਾ ਤਾਰ ਆ ਇਹਨੂੰ ਤਾਂ ਪੱਕਦਾ ਹੈ ਬਾਹਰ ਦੌਣਾ ਦੇ ਕੇ ਟਰੈਕਟਰ ਆ ਜਾਂਦਾ ਅਸੀਂ ਬਾਈ ਬਸ ਤੈਨੂੰ ਭੇਜਿਆ ਦੀ ਵੀ ਆ ਖੋਲਣਾ ਜੀ ਟੈਸਟ ਪਹਿਲੇ ਚੱਕ ਲਿਆ ਮੁੰਡੇ ਲਾ ਰਹੇ ਕੁੱਤੇ ਨੂੰ ਪੱਖਾ ਲਾਉਣ ਨੂੰ ਦਿਮਾਗ, ਕਹਿੰਦੇ ਪਹਿਲਾਂ ਕਹਿੰਦੇ ਕੱਢਾਂਗੇ ਇਹਦੇ ਵਿੱਚ ਦੀ ਫਿਰ ਇੱਥੋਂ ਦੀ ਬਹਿ ਗਿਆ ਬਹਿ ਗਿਆ ਬਹਿ ਗਿਆ ਗਲੇ 'ਚ ਤਾਂ ਬਹਿ ਗਿਆ ਮੁੰਡੇ ਨੂੰ ਦਿਮਾਗ ਲਾਇਆ ਜੀ ਕਹਿੰਦੇ ਲੌਕ ਲਾਉਣੀ ਲਾਉਣਾ ਅਤੇ ਫਿਰ ਹੁਣ ਅਸੀਂ ਲੌਕ ਲਾ ਕੇ ਹੁਣ ਕੱਢ ਰਹੇ ਇਹਦੇ ਵਿੱਚ ਦੀ ਦੇਖੀ ਦੇਖੀ ਫੜ ਨਾ ਲਵੇ ਬਸ ਆ ਗਈ ਵਿਚਾਲੇ ਖਿੰਡ ਗਈ ਵੀਰੇ ਪਲਾਸ ਨਾ ਕੱਟਣੀ ਬੂ ਹਾਂ ਖਿੰਡ ਗਈ ਕੱਟਣੀ ਬੂ ਹਾਂ ਇੱਕ ਮਿੰਟ ਫਿਰ
ਬਾਈ ਮੈਂ ਤਾਂ ਜਾਣ ਦੂੰ ਪਹਿਲਾਂ ਧੁੱਪੇ ਖੜ 5 ਮਿੰਟ जो तू करता है बोरियां करेगा। भाई चाबी दी कितनी दिहाड़ी देगा अगर जो रहेगा बोरी कितने की कितने की बोरी कितने पैसा एक बोरी का 10 पैसा एक बोरी छिलन का आहो अच्छा आही सिलाई कर जड़ी पाटी पुटी माड़ी मुटी एक दिन में मिस्त्री कितनी बोरी कर देता है तू देख ला अंकू वधिया 500 रुपया बन जांदा ओए आ जा 300 क्या उन्हें 30 नहीं चल पे जी गंडा पहला खासी खेड करिए पहला चला दा गंडा कटेरी आ गई आज तो नहीं तोल दे तू देख ले किन्नी बोरियां तोल दे हुण मैं फिर दा जी हैलर ते ਤੋਲੀ ਜਾਂਦੇ ਆ ਤਿੰਨ ਚਾਰ ਸਾਢੇ 300 ਗੱਟਾ ਤੋਲਿਆ ਹਜੇ ਬਾਕੀ ਚੱਲੀ ਜਾਂਦਾ ਅਤੇ ਮੈਂ ਕਿਹਾ ਕਿ ਬਸ ਕਰੋ ਥੋੜ੍ਹੇ ਘਣੇ ਹੋਰ ਤੋਲ ਲਓ 11 ਵੱਜ ਗਏ ਵੀ ਅੱਜ ਕਿਹੜਾ ਸਾਰੀ ਤੋਲ ਤੂੰ ਆਹ ਵੀ ਪਈ ਆ ਸਾਰੀ ਵੀ ਕੱਲ੍ਹ ਨੂੰ ਤੋਲ ਲਵਾਂਗੇ ਉਹ ਰੋਟੀ ਲੈਣ ਗਏ ਭਾਦਰ ਨੂੰ ਰੋਟੀ ਲੈ ਕੇ ਆਉਂਦੇ ਆ ਫਿਰ ਚੱਲਦੇ ਆ ਅੱਧੀ ਡਿਊਟੀ ਤਾਂ ਪੂਰੀ ਨਿਭਾਉਂਦਾ ਐਪ ਲੋ ਉਸਤਾਦ ਜੀ ਹਾਂਜੀ ਅੱਜ ਹੈਗਾ ਜੀ ਅਗਲਾ ਦਿਨ ਸਤਿ ਸ਼੍ਰੀ ਅਕਾਲ ਜੀ ਅਤੇ ਮੱਕੀ ਸਾਰੀ ਨਿਕਲ ਆਈ ਸਾਰੀ ਤਾਂ ਨਹੀਂ ਵਿੱਚ ਵਿੱਚ ਰਹਿੰਦੀ ਆ ਜੀ ਜਰਮੀਨੇਸ਼ਨ ਵਧੀਆ ਬੀਜ ਦੀ ਹੈਗਾ 90% ਮੰਗੂ ਤਾਂ ਬਾਕੀ ਸਾਰੀ ਉੱਗ ਲੈਣ ਤੋਂ ਫਿਰ ਦੇਖਦੇ ਹਾਂ ਅਤੇ ਚਰੀ ਕਿੰਨੀ ਗੇੜਾ ਮਾਰ ਕੇ ਆਉਣਾ ਚਰੀ ਕਿਵੇਂ ਰੁੱਕ ਗਈ ਆ ਮੈਂ ਤਾਂ ਉੱਗੂ ਜੂਗੀ ਮਤਲਬ ਸਾਰੀ ਉੱਗੂ ਜੀ ਚਰੀ ਕਿੰਨੀ ਗੇੜਾ ਮਾਰ ਕੇ ਫਿਰ ਦਿਖਾਉਣਾ ਚਰੀ ਵੀ ਆ ਗਈ ਜੀ ਬਾਹਰ ਚਰੀ ਵੀ ਆਉਂਦੀ ਆ ਭੱਜੀ ਜਿੱਥੇ ਪਾਣੀ ਥੋੜ੍ਹਾ ਜਿਹਾ ਬੱਟ 'ਤੇ ਚੜ੍ਹ ਗਿਆ ਉੱਥੇ ਲੇਟ ਆ ਚਰੀ ਪੈਬਲੋ ਹਾਂ ਆ ਜਾ ਇੰਨਾ ਲਪੜ ਕੇ ਕਿੱਥੋਂ ਆਇਆ ਆ ਗਿਆ ਗੰਜੂ ਚਾਚਾ ਡਰਦਾ ਯਾਰ ਤੂੰ ਲੈ ਪੂੰਛ ਖਾਏਗਾ ਆਪਦੀ ਦੂਜਾ ਤੁਹਾਨੂੰ ਫੇਰ ਮੰਡੀ 'ਚ ਗੰਡਾ ਜਹਾਜ਼ 'ਚ ਸ਼ੈਲਰ 'ਚ ਗੰਡਾ ਚੱਲੀ ਜਾਂਦਾ ਜੀ ਲੇਬਰ ਹੈ ਨਹੀਂ ਇਹਨਾਂ ਕੋਲ ਝੋਟਿਆਂ ਕੋਲ 6 ਬੰਦੇ ਨੇ ਦੱਸ ਜੀ 2 ਬੰਦੇ ਹੋਰ ਹੁੰਦੇ 2 ਗੰਡੇ ਚੱਲ ਪੈਂਦੇ ਚਲੋ ਕੋਈ ਗੱਲ ਨਹੀਂ ਚੱਲੀ ਜਾਂਦਾ ਚੱਲਦਾ ਓਏ ਪੈਬਲੇ ਓਰੇ ਆ ਪੈਬਲੋ ਡੋਟ
ਇੰਨਾ ਚਾਹੁੰਦਾ ਜੀ ਸਰਕਾਰੀ ਬਰਦਾਨਾ ਐਵੇਂ ਡੱਬੇ 'ਚ ਬੁਣ ਕੇ 500 ਗੱਟਾ ਹੁੰਦਾ ਇੱਕ 'ਚ ਨਾ ਨਾ ਕਰਦੇ 2-2.5 ਕੁਇੰਟਲ ਦਾ ਹੋ ਜਾਂਦਾ ਇਕੱਲਾ ਚੱਕਣਾ ਸੌਖਾ ਰੇੜਦਾ ਹੀ ਆ ਪਲਟਾਉਣਾ ਹੀ ਪੈਂਦਾ ਤੀਜਾ ਦਿਨ ਹੋ ਗਿਆ ਜੱਜ ਇਹਨਾਂ ਨੂੰ तीजा दिन लाता रात इन्होंने 11 बजे जवाब दिता कहते बस थक गए चलो जी ਸਾਰੇ ਜੀ ਨੰਬਰ ਜੇ ਬਸ